ਮੈਂ ਥਾਪੀਆਂ ਤਾਂ ਕਈ ਵਾਰ ਚਲੋ ਮੂਹਰੋਂ ਐਕਸ਼ਨ ਹੋ ਜਾਂਦੇ ਹੈ ਨਾ, ਜਾਪੀ ਕਰ ਦਿੰਦੇ ਕਈ ਵਾਰ ਪਹਿਲਾਂ, ਜੀ ਫਿਰ ਲੋਕਾਂ ਦਾ ਇੰਟਰਟੇਨਮੈਂਟ ਕਰ ਲਈ, ਫਿਰ ਆਪ ਵੀ ਥਾਪੀਆਂ ਮਾਰਦੀਆਂ। ਪਰ ਇਹ ਤਾਂ ਜੀ ਆਪਦਾ ਸੁਭਾਅ ਹੀ ਆ, ਜਿੱਦਾਂ ਮੂਡ ਹੋਇਆ ਮਾਰਦੀਆਂ, ਜੇ ਮੂਡ ਨਾ ਆਇਆ ਨਹੀਂ ਮਾਰਨੀਆਂ। ਸੋਚ ਕੇ ਮਾਰਦੇ ਹੋ ਕਿ ਵੈਸੇ ਹੀ ਮਨ ਦੇ ਵਿੱਚ? ਨਾ ਨਾ, ਆਪਣਾ ਤਾਂ ਮੂਡ ਆ ਬਸ, ਸੋਚਣ ਵਾਲੀ ਕੋਈ ਇਹਦੇ 'ਚ ਗੱਲ ਨਹੀਂ ਭਾਜੀ। ਇੱਕ ਇਹ ਵੀ ਕਬੱਡੀ ਵਾਲਿਆਂ ਦਾ ਇੱਕ ਕਹਿੰਦੇ ਆ ਕਿ ਥਾਪੀਆਂ ਮਾਰਨਾ ਨਾਮ ਜਲਦੀ ਬਣਦਾ, ਜਲਦੀ ਉੱਭਰ ਕੇ ਆਉਂਦਾ, ਹਾਂਜੀ, ਹਾਈਲਾਈਟ ਜਿਹਾ ਹੁੰਦਾ, ਕਦੇ ਇਹ ਕਾਰਨ ਤਾਂ ਨਹੀਂ? ਨਹੀਂ, ਆਪਾਂ ਇਹ ਕਾਰਨ ਵੈਸੇ ਰੱਖਿਆ ਨਹੀਂ, ਕਿਉਂਕਿ ਆਪਾਂ ਸ਼ੁਰੂ ਤੋਂ ਹੀ ਕਰਦੇ ਰਹੇ ਐਕਸ਼ਨ ਜੋ ਮੈਂ ਖੇਡਣ ਲੱਗਾ ਭਾਜੀ। ਅਤੇ ਆਪਾਂ ਨਾ ਕਿਸੇ ਨਾਲ ਖਹਿਬਾਜੀ ਆਪਣੀ ਕੋਈ, ਕਿ ਜਾਂ ਤਾਂ ਹੁੰਦਾ ਨਾ ਕਈ ਵਾਰ ਕਿ ਇੱਕ ਦੂਜੇ ਨਾਲ ਥੋੜ੍ਹਾ ਖਹਿਬਾਜੀ ਹੋ ਜਾਂਦੀ ਹੈ ਜਾਂ ਜਾਫੀ ਨਾਲ, ਹੈ ਨਾ, ਪਰ ਆਪਣੇ ਜੇ ਕੋਈ ਹੈ ਨਹੀਂ ਆ ਪਹਿਲੀ ਵਾਰ ਕਿਹੜੇ ਜਾਫੀ 'ਤੇ ਥਾਪੀਆਂ ਮਾਰੀਆਂ? ਭਾਜੀ। ਪਹਿਲੀ ਵਾਰ ਤਾਂ ਸਚੋਲਾ ਸਾਹਿਬ 'ਤੇ ਮਾਰੀਆਂ ਸਾਪੀਆਂ, ਕਿੱਥੇ ਜੀ? ਉਹਨੇ ਮੇਰੇ ਇੱਥੇ ਲਾਗੇ ਮੈਚ ਹੋਇਆ ਹਿਡਲੀ ਦੀ, ਜੀ, ਹਾਂਜੀ, ਉੱਥੇ ਥਾਪੀਆਂ ਮਾਰੀਆਂ ਪਹਿਲੀ ਵਾਰ। ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਮੈਨੂੰ ਬਹੁਤ ਵਧੀਆ ਲੱਗਾ, ਲੋਕਾਂ ਦਾ ਅਟੈਂਡਮੈਂਟ ਹੋਇਆ ਨਾ, ਅਟੈਂਡਮੈਂਟ ਹੋਇਆ ਅਤੇ ਲੋਕਾਂ ਨੇ ਬਹੁਤ ਵਧੀਆ ਚਲੋ ਤਾੜੀਆਂ ਮਾਰੀਆਂ, ਚਲੋ ਆਪਾਂ ਨੂੰ ਵੀ ਬਾਅਦ ਵਿੱਚ ਬਹੁਤ ਵਧੀਆ ਲੱਗਿਆ। ਇੱਦਾਂ ਹੌਲੀ ਹੌਲੀ ਚੜ੍ਹਦੇ ਤੋਂ ਹੌਲੀ ਹੌਲੀ ਚੜ੍ਹਦੇ 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 ਗਏ ਭਾਜੀ। ਹਾਂ, ਪੌੜੀ ਦਰ ਪੌੜੀ ਚੜ੍ਹਦੇ ਹਾਂਜੀ ਗਏ। ਅਤੇ ਜਿਵੇਂ ਥਾਪੀਆਂ ਮਾਰਦੇ ਨਾ ਮਨੋਰੰਜਨ ਜਿਹਾ ਕਰਾਉਂਦੇ ਹੋ, ਹਾਂਜੀ, ਬੋਲਣ ਤੋਂ ਤਾਂ ਤੁਸੀਂ ਐਂ ਲੱਗਦਾ ਕਿ ਨੋਰਮਲ ਜਿਹਾ ਬੋਲ ਰਹੇ ਹੈ ਬਾਈ, ਹੈ ਬਾਈ। ਹਾਂਜੀ, ਅਤੇ ਜਿਵੇਂ ਥਾਪੀਆਂ ਜਿਹਾ ਮਾਰਦੇ ਉਵੇਂ ਬੋਲੋ ਨਾ ਫਿਰ। ਉਹ ਭਾਈ ਫਿਰ ਥੋੜ੍ਹਾ ਬਾਲਾ ਹੋ ਜਾਂਦਾ ਨਾ, ਨਹੀਂ ਥੋੜ੍ਹਾ ਜਿਹਾ ਪਰ ਗੜਕੇ ਜੇ ਬੋਲੋ ਨਾ, ਪਤਾ ਲੱਗੇ ਜਿਵੇਂ ਥਾਪੀਆਂ ਮਾਰਦਾ ਆਕਾਸ਼, ਮੈਂ ਗੱਲਬਾਤ ਕਰ ਰਿਹਾ ਆਕਾਸ਼ ਦੇ ਨਾਲ, ਹਾਂਜੀ, ਪਤਾ ਵੀ ਚੱਲੇ ਜਿਹੜੇ ਹਿਸਾਬ ਨਾਲ ਥਾਪੀਆਂ ਮਾਰਦਾ ਉਸ ਹਿਸਾਬ ਨਾਲ ਗੱਲਬਾਤ ਵੀ ਕਰਨਾ। ਹੁਣ ਭਾਈ ਫਿਰ ਗਰਾਊਂਡ ਦੇ ਫਿਰ ਮੂਡ ਹੋਰ ਹੁੰਦਾ ਵਾ, ਬਾਹਰ ਹੋਰ ਹੁੰਦਾ ਵਾ। ਅਤੇ ਇੱਕ ਗੱਲ ਮੈਂ ਸ਼ੁਰੂਆਤ ਦੇ ਵਿੱਚ ਸਵਾਲ ਕਰਿਆ ਸੀ, ਤੁਸੀਂ ਥਾਪੀਆਂ ਮਾਰਦੇ ਹੋ, ਹਾਂਜੀ, ਮਾਝੇ ਵਾਲੇ ਮੈਚਾਂ 'ਚ ਮਾਰਦੇ ਹੋ ਕਿ ਫੈਡਰੇਸ਼ਨ ਦੇ ਮੈਚਾਂ 'ਚ ਵੀ ਮਾਰਦੇ ਹੋ? ਭਾਜੀ ਇਹ ਤਾਂ ਦੱਸਿਆ ਮੂਡ ਆ, ਹੁਣ ਤੁਹਾਡੇ ਜਦੋਂ ਪਿੰਡ ਵਾਰ ਵੀ ਜਾਈਦਾ ਨਾ ਜੀ, ਤਾਂ ਉੱਥੇ ਵੀ ਐਕਸ਼ਨ ਕਰੀਦੇ ਨਹੀਂ? ਨੇ ਪਿੰਡ ਵਾਰ ਦੇ ਵਿੱਚ ਵੀ ਦੇਖਿਆ ਤੁਹਾਨੂੰ? ਹਾਂਜੀ, ਪਰ ਫੈਡਰੇਸ਼ਨ ਦੇ ਮੈਚਾਂ 'ਚ ਤੁਸੀਂ ਥਾਪੀਆਂ ਘੱਟ ਨਹੀਂ ਆ? ਮਾਰੀਆਂ, ਹਾਂ, ਕੱਪ ਖੇਡੇ ਸੀ ਕਿ ਪਹਿਲੀ ਵਾਰ ਖੇਡੇ ਸੀ? ਫੈਡਰੇਸ਼ਨ ਦੇ ਕੱਪਾਂ ਦੀ ਗੱਲ ਕਰ ਜੀ, ਕੱਪਾਂ ਜਿਵੇਂ ਐਰਗੀ ਥਾਪੀ ਨਹੀਂ ਸੀ ਕੋਈ ਮਾਰੀ ਕੱਪ 'ਚ, ਕਿਉਂਕਿ ਪੂਰੀ ਕਰੀਮ ਸੀ ਤਾਂ ਗੱਲ ਸੀ ਇਹ ਕਿ? ਨਾ ਨਾ ਨਾ, ਕਰੀਮ ਨਹੀਂ ਸੀ। ਇੱਕ ਮੇਰੇ ਭਾਜੀ ਥੋੜ੍ਹਾ ਜਿਹਾ ਮੈਨੂੰ ਡਰ ਵੀ ਸੀ ਸੱਟ ਦਾ, ਜੀ, ਕਿਉਂਕਿ ਮੇਰੀ ਥੋੜ੍ਹੀ ਸਪੀਡ ਘੱਟ ਗਈ ਸੀ, ਜੀ, ਮੇਰੇ ਤੋਂ ਭੱਜਿਆ ਨਹੀਂ ਸੀ ਜਾਂਦਾ ਪੂਰਾ, ਤਾਂ ਕਰਕੇ ਫਿਰ ਇਹ ਥੋੜ੍ਹਾ ਜਿਹਾ, ਕਿਉਂਕਿ ਇਹ ਵੀ ਥਾਪੀਆਂ ਦਾ ਮੂਡ ਹੀ ਆ, ਜੀ, ਜਦੋਂ ਦਿਲ ਕੀਤਾ ਉਦੋਂ ਹੀ ਆ। ਅਤੇ ਤੁਹਾਡੇ ਫੇਵਰੇਟ ਰੇਡਰ ਜਾਫੀ ਦੀ ਗੱਲਬਾਤ ਕਰੀਏ, ਅਤੇ ਕਿਹੜਾ ਰੇਡਰ ਅਤੇ ਕਿਹੜਾ ਜਾਫੀ ਤੁਹਾਨੂੰ ਸਭ ਤੋਂ ਵਧੀਆ ਲੱਗਦਾ? ਭਾਅ ਜੀ ਫੇਵਰੇਟ ਰੇਡਰ ਮੇਰਾ ਤਾਂ ਦੁੱਲਾ ਬੱਗੇ ਪਿੰਡ, ਜੀ, ਅਤੇ ਜਾਫੀ ਗੋਪੀ ਪਵਾਣਾ। ਭਾਅ ਜੀ ਗੋਪੀ ਭਲਵਾਨ ਦੀ ਕੀ ਖਾਸੀਅਤ ਲੱਗਦੀ ਆ? ਪਰ ਗੋਪੀਆਂ ਦੀ ਸਭ ਤੋਂ ਮੈਨੂੰ ਇਹ ਬੈਡ ਚੀਜ਼ ਲੱਗਦੀ ਆ ਕਿ ਕੋਈ ਦਾਦੂ ਨਹੀਂ ਮਾਰਨਾ ਬੰਦੇ ਅੱਗੇ, ਹੈ ਨਾ, ਕਿ ਨਾ ਕੋਈ ਲੱਤਾਂ ਫੜਨੀਆਂ, ਨਾ ਕੁਝ ਗੁੱਟ ਫੜਨਾ, ਨਾ ਕੋਈ ਕੈਂਚੀ ਕੁੰਚੀ ਪਾਉਣੀ, ਕੋਈ ਨਹੀਂ ਆ ਬਸ ਇਹਦਾ, ਬੰਦੇ ਨੂੰ ਬਸ ਧੱਕ ਕੇ ਜੱਫਾ ਪਾਉਣਾ ਜਦੋਂ ਵੀ ਪਾਉਣਾ। ਜੀ, ਅਤੇ ਦੁੱਲੇ ਦੀ ਕੀ ਖਾਸੀਅਤ ਲੱਗਦੀ ਆ? ਦੁੱਲੇ ਭਾਜੀ ਸਰੀਰ ਤਾਂ ਇੱਕ ਤਾਂ ਲਚਕ ਬਹੁਤ ਜ਼ਿਆਦੀ ਆ, ਜੀ, ਪਤਾ ਨਹੀਂ ਸਰ ਕਿੱਥੋਂ ਕਿੱਥੋਂ ਮੁੜ ਆਉਂਦਾ ਵਾਪਸ, ਇਹ ਬਹੁਤ ਚੀਜ਼ ਵਧੀਆ ਲੱਗਦੀ ਉਹਦੀ ਮੈਨੂੰ, ਨਾ ਤਾਂ ਛੇਤੀ ਆ ਅੰਗ ਪੈਰ ਨਹੀਂ ਦਿੰਦਾ ਬਾਈ ਛੇਤੀ, ਕਿ ਕਬੱਡੀ ਬਹੁਤ ਸਟਾਈਲ ਦੇ ਨਾਲ ਪਾਉਂਦਾ ਇੱਕ। ਵਾਹ ਜੀ ਵਾਹ, ਚੰਗੇ ਪਲੇਅਰ ਹੁੰਦੇ, ਫੈਨ ਹੋ। ਅਤੇ ਇੱਕ ਗੱਲ ਹੋਰ ਕਰਨੀ ਆ ਮੈਂ, ਜਿਵੇਂ ਕਿ ਤੁਸੀਂ 3-4 ਪਲੇਅਰ ਹੋ ਮਾਝੇ ਵਾਲੇ, ਮੈਨੂੰ ਲੱਗਦਾ ਮੈਂ ਕਹਿਣੀ ਨਹੀਂ ਚਾਹੁੰਦਾ ਗੱਲ ਕਹੂੰਗਾ, ਜਿਵੇਂ ਕਿ ਤੁਹਾਡਾ ਨਾਮ ਆ, ਹਾਂਜੀ ਭਾਈ, ਜਿਵੇਂ ਆਕਾਸ਼ ਮਸਤਗੜ, ਅਤੇ ਉਸ ਤੋਂ ਬਾਅਦੋਂ ਦੀਪ ਦਬੁਰ ਜੀ, ਹਾਂਜੀ ਭਾਈ, ਅਤੇ ਅੰਬਾਸੁਰ ਸਿੰਘ ਨਵਾਂ ਆਇਆ ਪਿਛਲੇ ਸਾਲ ਉੱਭਰ ਕੇ ਆਇਆ ਮੁੰਡਾ। ਕਹਿੰਦੇ ਕਿ ਜਿੱਥੇ 3 ਪਲੇਅਰ ਆ ਜਾਂਦੇ ਆ ਅਗਲਾ ਕਹਿੰਦਾ ਯਾਰ ਇਹ ਆ ਗਏ ਕਮਲੇ, ਇਹ ਕਰਨਗੇ ਮਨੋਰੰਜਨ, ਲੋਕ ਪਿਆਰ ਨਾਲ ਕਮਲੇ ਵੀ ਕਹਿੰਦਾ ਯਾਰ ਇਹ ਅੱਜ ਜੀ ਲਾਉਣਗੇ। ਉਹ ਭਾਈ ਚਲੋ ਅੰਬਿਆਂ ਦਾ ਘਾਟਾ ਦੀਪ ਨਾ, ਹੈ ਨਾ, ਜਦੋਂ ਮੰਨ ਲਓ ਕਲਸੀ ਨਾਲ ਮੈਚ ਹੁੰਦੇ ਆ, ਹੈ ਨਾ, ਕਰਿਆਲੇ ਦੀ ਟੀਮ ਨਾਲ, ਕਲਸੀ ਕੋਚ ਸੁਣਿਆ ਹੋਣਾ ਤੁਸੀਂ? ਜੀ ਸੁਣਿਆ ਜੀ ਮੈਂ। ਅਤੇ ਚਲੋ ਦੀਪ ਆਏ ਨਾ ਉੱਧਰੋਂ ਇਹ ਐਕਸ਼ਨ ਕਰਦੇ ਨਾ, ਉੱਧਰ ਆਪਾਂ ਐਕਸ਼ਨ ਕਰਦੇ, ਹੈ ਨਾ, ਪੂਰਾ ਐਂਟਰਟੇਨਮੈਂਟ, ਲੋਕ ਨਾਚ ਉੱਠਦੇ ਆ ਭਾਜੀ, ਜੀ ਜੀ, ਕਿ ਚਲੋ ਉੱਧਰ ਸਾਡਾ ਉਸਤਾਦ ਵੀ ਕਰ ਦਿੰਦਾ ਐਕਸ਼ਨ, ਜੀ, ਅਤੇ ਲੋਕ ਪਿਆਰ ਕਰਦੇ ਆ ਬਹੁਤ ਜ਼ਿਆਦਾ। ਜਿਵੇਂ ਤੁਸੀਂ ਥਾਪੀਆਂ ਮਾਰਦੇ ਹੋ ਤਾਂ ਰੇਡਾਂ ਦੇ ਉੱਤੇ ਕਿੰਨੇ ਕੁ ਵਾਰ ਕਿੰਨੀ ਮਨੀ ਲੱਗੀ ਆ? ਭਾਜੀ ਇੱਕ ਵਾਰ 10,000 ਲੱਗਾ ਸੀ ਜੀ, ਅਤੇ ਚਲੋ ਆਪਾਂ 3 ਕੌਡੇ ਪਏ ਬਸ ਸਫਲ ਸੀ। ਇੱਦਾਂ ਵੀ ਭਾਜੀ ਬਹੁਤ ਹੋਰ ਵਾਰ ਉੱਪਰ ਨੀਚੇ ਬਹੁਤ ਲੱਗਿਆ ਭਾਜੀ ਪੈਸੇ।